नमस्कार जी, मैं हाँ बलविंदर हाली ते तुसी देख रहे हो पंजाब डेयरी। ਪੰਜਾਬ ਦੀ ਸਿਆਸਤ ਵਿੱਚ ਇਸ ਵੇਲੇ ਵੱਡਾ ਖਲਾਅ ਪੈਦਾ ਹੋ ਗਿਆ। ਇੱਕ ਪਾਸੇ ਸ਼੍ਰੋਮਣੀ ਅਕਾਲੀ ਦਲ ਅਤੇ ਬੇਅਦਬੀ ਕਾਂਡ ਤੇ ਅੰਦਰੂਨੀ ਬਗਾਵਤ ਕਰਕੇ ਹਿਲਜੁਲ ਹੈ ਤੇ ਦੂਜੇ ਪਾਸੇ ਆਮ ਆਦਮੀ ਪਾਰਟੀ ਲਈ ਅੰਦਰੂਨੀ ਫੁੱਟ ਸਿਰਦਰਦੀ ਬਣੀ ਹੈ। ਸੱਤਾਧਾਰੀ ਕਾਂਗਰਸ ਤੋਂ ਵੀ ਲੋਕਾਂ ਨੂੰ ਬਹੁਤੀਆਂ ਉਮੀਦਾਂ ਨਹੀਂ। ਇਸੇ ਸਿਆਸੀ ਖੱਬੇ ਦਾ ਸਿੱਧਾ ਅਸਰ ਪੰਜਾਬ ਦੇ ਲੋਕਾਂ ਤੇ ਪੈ ਰਿਹਾ ਹੈ, ਜੋ ਆਪੋ ਆਪਣੇ ਤਰੀਕਿਆਂ ਨਾਲ ਰੋਜ਼ਮਰ੍ਹਾ ਦੀਆਂ ਸਮੱਸਿਆਵਾਂ ਨਾਲ ਜੂਝ ਰਹੇ ਨੇ। ਪੰਜਾਬੀ ਸਿਆਸੀ ਖਲਾਅ ਨਾਲ ਜੂਝ ਰਹੇ ਹੈ। ਪੰਜਾਬ ਦੀ ਸਿਆਸਤ ਦਾ ਮਜਾਜ ਬਦਲ ਗਿਆ ਹੈ। ਕਾਂਗਰਸ ਸਰਕਾਰ ਤੋਂ ਲੋਕਾਂ ਦਾ ਭਰੋਸਾ ਉੱਠਣ ਲੱਗ ਪਿਆ। ਵਾਅਦਿਆਂ ਮੁਤਾਬਕ ਕੰਮ ਨਹੀਂ ਹੋ ਰਹੇ। ਸਰਕਾਰ ਤੱਕ ਰਸਾਈ ਨਾ ਹੋਣ ਕਰਕੇ ਲੋਕ ਬਹੁਤ ਔਖੇ ਨੇ। ਬੇਭਰੋਸਗੀ ਨੇ ਅਕਾਲੀ ਦਲ ਤੇ ਬਾਦਲ ਪਰਿਵਾਰ ਦੀਆਂ ਚੂਣਾ ਹਿਲਾ ਦਿੱਤੀਆਂ। ਬੇਅਦਬੀ ਦੇ ਮਾਮਲੇ ਨੂੰ ਸਦੀ ਦਾ ਸਭ ਤੋਂ ਵੱਡਾ ਸੰਕਟ ਅਕਾਲੀ ਆਗੂ ਮੰਨ ਰਹੇ ਨੇ। ਭਾਰਤੀ ਜਨਤਾ ਪਾਰਟੀ ਨੂੰ ਅਕਾਲੀ ਦਲ ਦੇ ਸਹਾਰੇ ਪੰਜਾਬ ਵਿੱਚ 3 ਵਾਰ ਸੱਤਾ ਦਾ ਆਨੰਦ ਮਾਨਣਾ ਤਾਂ ਨਸੀਬ ਹੋਇਆ, ਪਰ ਦੇਸ਼ ਦੀ ਰਾਜਧਾਨੀ ਤੇ ਪ੍ਰਭਾਵ ਛੱਡਣ ਵਾਲੀ ਇਹ ਪਾਰਟੀ ਪੰਜਾਬ ਵਿੱਚ ਆਪਣੇ ਦਮ ਤੇ ਕੁਝ ਕਰ ਦਿਖਾਉਣ ਤੋਂ ਹਾਲੇ ਦੂਰ ਜਾਪਦੀ ਹੈ। ਉਧਰ ਆਪਣਿਆਂ ਨੇ ਹੀ ਆਮ ਆਦਮੀ ਪਾਰਟੀ ਦੀ ਬੇੜੀਆਂ ਵਿੱਚ ਵੱਟੇ ਪਾਏ ਹੈ ਤੇ ਪਾਰਟੀ ਨੇ ਹੁਣ ਬਾਗੀਆਂ ਵਿਰੁੱਧ ਲਕੀਰ ਖਿੱਚ ਲਈ ਹੈ। ਪੰਜਾਬ ਦੇ ਸਿਆਸੀ ਪਿੰਡ ਵਿੱਚੋਂ ਖੱਬੇ ਧਿਰਾਂ ਦੇ ਪੈਰ ਉਖੜ ਗਏ ਨੇ। ਪੰਜਾਬ ਵਿਧਾਨ ਸਭਾ ਚੋਣਾਂ 2017 ਦੇ ਨਤੀਜਿਆਂ ਅਨੁਸਾਰ CPI ਦਾ ਵੋਟ ਸ਼ੇਅਰ ਨੋਟਾਂ ਨਾਲੋਂ ਵੀ ਘੱਟ ਚੁੱਕਿਆ ਹੈ ਤੇ ਅਕਾਲੀ ਦਲ ਦੀ ਸਿਆਸਤ ਦੇ ਗੇੜ ਵਿੱਚ ਸ਼੍ਰੋਮਣੀ ਕਮੇਟੀ ਉਲਝ ਚੁੱਕੀ ਹੈ। ਸਿੱਖਿਆ ਸੰਸਥਾਵਾਂ ਦੇ ਵਕਾਰ ਨੂੰ ਢਾਹ ਲੱਗੀ ਹੈ। ਸਿਆਸਤ ਨੇ ਸਿੱਖਿਆ ਵਿੱਚ ਤੇ ਸਿੱਖਾਂ ਵਿੱਚ ਵੰਡੀਆਂ ਪਾ ਦਿੱਤੀਆਂ। ਉਧਰ ਧਰਮਵੀਰ ਗਾਂਧੀ ਦਾ ਕਹਿਣਾ ਹੈ ਕਿ ਚੋਣਾਂ ਤੋਂ ਪਹਿਲਾਂ ਚੌਥਾ ਮੋਰਚਾ ਬਣਾਇਆ ਜਾਏਗਾ। ਮਾਨਸਾ ਤੋਂ ਖਬਰ, ਪਿਛਲੇ ਦਿਨੀ ਅਸੀਂ ਤੁਹਾਨੂੰ ਦੱਸਿਆ ਸੀ ਕਿ ਇੱਕ ਕਬੱਡੀ ਖਿਡਾਰੀ ਸਹੁਰਿਆਂ ਤੋਂ ਅਤੇ ਪਤਨੀ ਤੋਂ ਤੰਗ ਹੋਇਆ, ਲਾਈਵ ਫੇਸਬੁੱਕ 'ਤੇ ਆਤਮ ਹੱਤਿਆ ਕਰ ਗਿਆ। ਕਬੱਡੀ ਖਿਡਾਰੀ ਦਾ ਨਾਂ ਸੀ ਪਵਨ ਕੁਮਾਰ, ਪਿੰਡ ਖਿਆਲਾ। ਕੁਝ ਦਿਨ ਪਹਿਲਾਂ ਹੀ ਜ਼ਿੰਦਗੀ ਦੀ ਖੇਡ ਹਾਰ ਗਿਆ। ਉਸਨੇ ਆਪਣੇ ਸਹੁਰਿਆਂ ਅਤੇ ਪਤਨੀ ਤੋਂ ਤੰਗ ਆ ਕੇ ਫੇਸਬੁੱਕ 'ਤੇ ਲਾਈਵ ਆਤਮ ਹੱਤਿਆ ਕਰਕੇ ਲੋਕਾਂ ਨੂੰ ਹੈਰਾਨ ਪਰੇਸ਼ਾਨ ਕਰ ਦਿੱਤਾ ਸੀ। ਜਗਨਨਾਥ ਵਾਸੀ ਖਿਆਲਾ ਬਲਕੁਰਤ ਦਾ ਪੁੱਤਰ ਪਵਨ ਕੁਮਾਰ ਸਕੂਲ ਪੜ੍ਹਦਾ ਸੀ। ਅਜਿਹਾ ਧਾਵੀ ਬਣ ਗਿਆ ਕਿ ਉਹ ਮਾਪਿਆਂ ਦੇ ਵਰਜਨ 'ਤੇ ਵੀ ਮੈਦਾਨ ਤੋਂ ਬਾਹਰ ਨਾ ਆਇਆ। ਸਕੂਲ, ਜ਼ਿਲ੍ਹਾ ਅਤੇ ਰਾਜ ਪੱਧਰੀ ਕਬੱਡੀ ਮੁਕਾਬਲਿਆਂ 'ਚ ਪਵਨ ਹਮੇਸ਼ਾ ਮੋਹਰੀ ਰਿਹਾ। ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਵੀ ਟੂਰਨਾਮੈਂਟਾਂ 'ਤੇ ਪਵਨ ਦੇ ਕਈ ਵਾਰ ਮੋਢੇ ਦੀ ਥਪਥਪਾਈ ਕੀਤੀ ਸੀ। ਇੱਕ ਘਰ ਦੀ ਗਰੀਬੀ, ਦੂਜੀ ਅਧਰੰਗ ਦੀ ਬਿਮਾਰੀ ਨੇ ਉਸ ਨੂੰ ਘੇਰੀ ਰੱਖਿਆ। ਪਵਨ ਖਿਆਲਾ ਆਖਿਰ ਨੂੰ ਸੁੱਲਰ ਘਰਾਟ 'ਚ ਜ਼ਿੰਦਗੀ ਦੀ ਖੇਡ ਹਾਰ ਗਿਆ। ਦੀਵਾਲੀ ਵਾਲੀ ਰਾਤ ਤੋਂ ਦੂਸਰੇ ਦਿਨ ਜ਼ਿੰਦਗੀ ਨੂੰ ਅਲਵਿਦਾ ਕਹਿਣ ਵਾਲੇ ਪਵਨ ਕੁਮਾਰ ਖਿਆਲਾ ਦਾ ਭੋਗ ਕੱਲ੍ਹ ਨੂੰ ਪਾਇਆ ਜਾਵੇਗਾ। ਹੁਣ ਗੁਆਂਢੀ ਪ੍ਰਾਂਤ ਹਰਿਆਣਾ ਦੇ ਵਿੱਚ ਚੁਟਾਲਿਆਂ ਦੇ ਪਏ ਕਲੇਸ਼ ਦੀ ਗੱਲ ਕਰੀਏ ਤਾਂ ਸਿਰਸਾ ਤੋਂ ਆਈਆਂ ਨੇ ਖਬਰਾਂ। ਡੱਬ ਵਾਲੀ ਵਿਧਾਨ ਸਭਾ ਹਲਕੇ ਤੋਂ ਵਿਧਾਇਕਾ ਨੈਨਾ ਚੁਟਾਲਾ ਨੇ ਜੀਂਦ ਵਿੱਚ ਹੋਣ ਵਾਲੀ ਮੀਟਿੰਗ 'ਚ ਨਵੀਂ ਨੀਤੀ ਦੀ ਐਲਾਨ ਕਰਨ ਦੀ ਗੱਲ ਕਹੀ ਹੈ। ਸਿਰਸਾ ਦੇ ਪਿੰਡ ਜਮਾਲ 'ਚ ਹਰੀ ਚੁੰਡੀ ਚੌਪਾਲ ਪ੍ਰੋਗਰਾਮ 'ਚ ਮਹਿਲਾਵਾਂ ਦੇ ਇਕੱਠ ਨੂੰ ਸੰਬੋਧਨ ਉਹਨਾਂ ਕੀਤਾ। ਉਹਨਾਂ ਇਸ ਮੌਕੇ ਆਪਣੇ ਦਿਓਰ ਅਤੇ ਦਿਓਰ ਅਭੈ ਚੁਟਾਲਾ ਨੂੰ ਵੰਗਾਰਿਆ। ਨੈਨਾ ਚੁਟਾਲਾ ਨੇ ਕਿਹਾ ਕਿ ਉਹਨਾਂ ਦੇ ਸੰਸਦ ਮੈਂਬਰ ਪੁੱਤ ਦੁਸ਼ਯੰਤ ਚੁਟਾਲਾ 300 ਦੇ ਕੌਮੀ ਪ੍ਰਧਾਨ ਦਿੱਗ ਵਿਜੇ ਨੂੰ ਜਿੱਥੇ ਬਿਨਾਂ ਕਸੂਰੋਂ ਪਾਰਟੀ 'ਚੋਂ ਕੱਢਿਆ ਗਿਆ, ਉੱਥੇ ਹੁਣ ਉਹਨਾਂ ਦੇ ਪਤੀ ਅਜੈ ਚੁਟਾਲਾ ਨੂੰ ਕਰ ਦਿੱਤਾ ਗਿਆ, ਜਦਕਿ ਉਹਨਾਂ ਨੇ ਤਾਊ ਦੇਵੀ ਲਾਲ ਦੀ ਉਂਗਲ ਫੜ ਕੇ ਰਾਜਨੀਤੀ ਸ਼ੁਰੂ ਕੀਤੀ ਸੀ ਅਤੇ 40 ਸਾਲ ਤੱਕ ਪਾਰਟੀ ਨੂੰ ਇੱਥੇ ਤੱਕ ਲਿਆਂਦਾ ਸੀ। ਉਹਨਾਂ ਕਿਹਾ, ਮੈਨੂੰ ਇਸ ਕਰਕੇ ਪਾਰਟੀ 'ਚੋਂ ਨਹੀਂ ਕੱਢਿਆ ਜਾ ਰਿਹਾ ਕਿਉਂਕਿ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਦੀ ਕੁਰਸੀ ਨੂੰ ਖਤਰਾ ਹੋ ਸਕਦਾ ਹੈ। ਉਹਨਾਂ ਬਿਨਾਂ ਨਾਮ ਲਏ ਕਿਹਾ ਕਿ ਕੁਝ ਲੋਕ ਪਿਛਲੇ 2.5 ਵਰ੍ਹਿਆਂ ਤੋਂ ਉਹਨਾਂ ਨੂੰ ਸਤਾ ਰਹੇ ਨੇ, ਗੁੰਡਿਆਂ ਵਾਂਗ ਧਮਕਾ ਰਹੇ ਨੇ, ਪਰ ਦੇਵੀ ਲਾਲ ਦਾ ਖੂਨ ਇਹਨਾਂ ਗਿੱਦੜ ਧਮਕੀਆਂ ਤੋਂ ਡਰਨ ਵਾਲਾ ਨਹੀਂ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਜਿਸ ਤਰ੍ਹਾਂ ਉਹਨਾਂ ਦਾ ਪਰਿਵਾਰ ਨੂੰ ਦਬਾਇਆ ਜਾ ਰਿਹਾ, ਉਸ ਦਾ ਜਵਾਬ ਲੋਕ ਅਗਲੀਆਂ ਵਿਧਾਨ ਸਭਾ ਚੋਣਾਂ ਵਿੱਚ ਦੇਣਗੇ। ਚੁਟਾਲਿਆਂ ਦੇ ਘਰ ਪਏ ਕਲੇਸ਼ ਤੋਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੀ ਡਾਢੇ ਚਿੰਤਤ ਨਜ਼ਰ ਆ ਰਹੇ ਨੇ, ਕਿਉਂਕਿ ਚੁਟਾਲਿਆਂ ਦੀ ਅਤੇ ਬਾਦਲਾਂ ਦੀ ਜਿਹੜੀ ਯਾਰੀ ਹੈ ਉਹ ਕਿਸੇ ਤੋਂ ਲੁਕੀ ਛੁਪੀ ਨਹੀਂ। ਅੱਜ ਨਾਮੇ ਵਿੱਚ 30 ਮਾਰਖਾਂ ਕਹਿ ਰਿਹਾ, ਚਰਚਾ ਵਿੱਚ ਵਿਧਾਇਕ ਹੈ ਕਾਂਗਰਸ ਦਾ, ਕੀਤੀ ਬੋਲਣ ਦੇ ਵਕਤ ਨਾ ਸੰਗ। ਉਸਨੇ ਇੰਚਾਰਜ ਥਾਣੇ ਦੀ ਬੀਬੀ ਨੂੰ ਫੋਨ ਕਰਕੇ ਕੀਤੀ ਬਾਤ ਹੈ, ਲੜੀ ਜਿਉਂ ਜੰਗ ਉਸਨੇ, ਨਹੀਂਓ ਕਾਬੂ ਜ਼ਬਾਨ ਸੀ ਰਹੀ ਉਹਦੀ, ਛੱਡੀ ਸ਼ਰਮ ਵੀ ਛਿੱਕੇ ਸੀ ਟੰਗ ਉਸਨੇ, ਜਿਹੜੀ ਕਿਸਮ ਦਾ ਉਸ ਵਿਹਾਰ ਕਰਿਆ, ਕਰਤਾ ਸਾਰਾ ਪੰਜਾਬ ਪਿਆ ਦੰਗ ਉਸਨੇ। ਕਹਿੰਦੇ ਬਰਾਬਰ ਕਾਨੂੰਨ ਆ ਸਾਰਿਆਂ ਲਈ, ਹੁੰਦਾ ਕਾਹਤੋਂ ਫਿਰ ਪਿਆ ਲਿਹਾਜ਼ ਉਸਦਾ, ਕਿਉਂ ਨਹੀਂ ਸਾਫ਼ ਜਿਹਾ ਕਾਨੂੰਨ ਕੰਮ ਕੀਤਾ, ਕਰਿਆ ਕਾਹਤੋਂ ਨਾ ਕਿਸੇ ਇਲਾਜ ਉਸਦਾ। ਪੰਜਾਬ ਡੈਰੀ ਹੁਣ ਫੇਸਬੁੱਕ 'ਤੇ ਵੀ, ਜਿੱਥੇ ਸਾਡੇ ਨਾਲ ਜੁੜ ਚੁੱਕੇ ਹਨ ਪੰਜਾਬ ਦੇ ਕਈ ਸੀਨੀਅਰ ਪੱਤਰਕਾਰ। ਪਲ ਪਲ ਦੀ ਖਬਰ ਅਤੇ ਕਈ ਕੁਝ ਕਰਦੇ ਨੇ ਲਾਈਵ। ਫੇਸਬੁੱਕ 'ਤੇ ਸਾਡੇ ਗਰੁੱਪ ਨੂੰ ਜੁਆਇਨ ਕਰੋ।
इस ग्रुप विच तुसी अपने विचार भी पा सकते हो ताकि लोगों तक थोड़े विचार पहुंच सकन। ग्रुप नाल जुड़ रहे ने हर रोज सैकड़े लोग।